पर एक कुरान मजीद दे रहे हैं। السلام عليكم ورحمة الله وبركاته الله أكبر الله أكبر الله أكبر الله أكبر أشهد أن لا إله إلا الله أشهد أن لا إله إلا الله أشهد أن محمد رسول الله أشهد أن محمد رسول الله أشهد أن محمد رسول الله لا حول ولا قوة إلا بالله 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 الله أكبر الله أكبر لا إله إلا الله وحده لا شريك له رضيت بالله ربا وبالإسلام دينا وبمحمد اللهم صل على محمد وعلى آل على إبراهيم وعلى آل إبراهيم بارك على محمد وعلى آل محمد وعلى آل إبراهيم إنك رب هذه الدعوة التامة والسلام محمدا الوسيلة والفضيلة قام محمودا الحمد لله نحمده ونستعينه ونستغفره ونعوذ بالله من شرور أنفسنا ومن سيئات أعمالنا من يهده الله فلا مضل له ومن يضلل فلا هادي له وأشهد أن لا إله إلا الله وحده لا شريك له وأشهد أن محمدا عبده ورسوله صلى الله تعالى عليه وعلى آله وأصحابه وبارك وسلم أما بعد فأعوذ بالله من الشيطان الرجيم بسم الله الرحمن الرحيم وَإِذْ تَأَذَّنَ رَبُّكُمْ لَئِنْ شَكَرْتُمْ لَأَزِيدَنَّكُمْ وَلَئِنْ كَفَرْتُمْ إِنَّ عَذَابِي لَشَدِيدٌ وَقَالَ مُوسَى إِنْ تَكْفُرُوا أَنْتُمْ وَمَنْ فِي الْأَرْضِ جَمِيعًا فَإِنَّ اللَّهَ لَغَنِيٌّ حَمِيدٌ سامعین کرام سارے علماں دی جڑ اور ساری معرفت دی بنیاد معرفت نفس आदमी का अपने आप को पहचानना कि मैं की हाँ कितों आया क्यों आया किधर जाना
ਇਹ ਇਲਮ ਅਗਰ ਹਾਸਿਲ ਨਹੀਂ ਹੁੰਦਾ ਤਾਂ ਦੁਨੀਆਂ ਜਹਾਨ ਦੀ ਲਾਇਬ੍ਰੇਰੀਆਂ ਵੀ ਆਦਮੀ ਪੀ ਜਾਏ ਔਰ ਜਹਾਨ ਦੀਆਂ ਕਿਤਾਬਾਂ ਉਹਦੇ ਦਿਮਾਗ 'ਚ ਆ ਜਾਣ ਤੋਂ ਜਾਹਿਲ ਇਲਮ ਹੈ ਕਿ ਰਹਿ ਬਾ ਹੱਕ ਨਾ ਨੁਮਾਇਦ ਜਹਾਲਤਸ ਉਹ ਇਲਮ ਜਿਹੜਾ ਇਨਸਾਨ ਨੂੰ ਹੱਕ ਦਾ ਰਸਤਾ ਨਹੀਂ ਦਿਖਾਉਂਦਾ ਉਹ ਇਲਮ ਨਹੀਂ ਜਹਾਲਤ ਹੈ ਇਸ ਤੋਂ ਡਿਗਰੀ ਹੋਲਡਰ ਬੜੀ ਬੜੀ ਡਿਗਰੀਆਂ ਲਈ ਫਿਰਦੇ ਆ ਮਗਰ ਇਹ ਸਭ ਬੇਦਾਨਿਸ਼ ਰਹਿਮਕ ਆ ਕਿਉਂਕਿ ਹਕੀਕੀ ਇਲਮ ਤੋਂ ਮਹਿਰੂਮ ਹੈ ਹਕੀਕੀ ਇਲਮ ਹੈ ਵੀ ਆਦਮੀ ਕੁਛ ਵੀ ਨਾ ਪੜਿਆ ਹੋਵੇ ਆਪਣੇ ਬਾਰੇ 'ਚ ਉਹਨੂੰ ਖਬਰ ਹੋਵੇ ਮੈਂ ਕੀ ਹਾਂ ਕਿਸ ਬਣਾਇਆ ਕਿਉਂ ਬਣਾਇਆ ਕਿੱਧਰ ਜਾਣਾ ਇਸ ਪਾਰੋਂ ਹੀ ਸਰਾਮ ਦੇ ਰੁਜ਼ਗਾਰ ਜ਼ਮਾਨੇ ਦੇ ਅੰਦਰ ਮਸ਼ਹੂਰ ਹੈ ਔਰ ਵਾਕਈ ਆਪਣੇ ਦੌਰ 'ਚ ਬੜਾ ਦਾਨਾ ਹੋਇਆ ਸੁਕਰਾਤ ਉਹਨੇ ਏਥਨਸ ਦੇ ਅੰਦਰ ਯੂਨਾਨ ਦੇ ਦਾਰੁਲ ਹਕੂਮਤ ਜਿਹੜਾ ਆਪਣਾ ਮਦਰਸਾ ਬਣਾਇਆ ਸੀ ਉਹਦੇ ਦਰਵਾਜ਼ੇ 'ਤੇ ਸਿਰਫ ਇੱਕ ਫਿਕਰਾ ਲਿਖਿਆ ਸੀ ਐ ਇਨਸਾਨ ਆਪਣੇ ਆਪ ਕੋ ਪਹਿਚਾਣ ਕਿਸੇ ਹੋਰ ਇਲਮ ਦੀ ਲੋੜ ਨਹੀਂ ਇਹੀ ਅਲਫ ਹੈ ਜਿਹਨੂੰ ਬੁੱਲੇ ਸ਼ਾਹ ਰਹਿਮਤੁੱਲਾਹ ਅਲੈਹ ਫਰਮਾਉਂਦੇ ਇੱਕੋ ਅਲਫ ਤੇਰੇ ਦਰਕਾਰ ਇਹ ਅਲਫ ਨਹੀਂ ਨਾ ਹੋਵੇ ਤਾਂ ਕੁਛ ਵੀ ਨਹੀਂ ਆਉਂਦਾ ਆਦਮੀ ਆਪਣੇ ਬਾਰੇ 'ਚ ਖਬਰਦਾਰ ਹੋਵੇ ਆਗਾਹ ਹੋਵੇ ਕਿ ਮੇਰੀ ਕੀ ਹਕੀਕਤ ਹੈ ਔਰ ਜਦੋਂ ਇਹ ਆਪਣੇ ਬਾਰੇ 'ਚ ਸਮਝਣਾ ਚਾਹੁੰਦਾ ਇੱਕ ਗੱਲ ਜਿਹੜੀ ਹਰ ਆਦਮੀ ਦੀ ਸਮਝ 'ਚ ਆ ਸਕਦੀ ਔਰ ਦੀਨ ਦੀ ਜੜ ਹੈ ਆਪਣੇ ਫਕਰ ਦਾ ਪਤਾ ਲੱਗ ਜਾਂਦਾ ਅਸੀਂ ਬਿਲਕੁਲ ਖਾਲੀ ਸੀ ਸਾਡੇ ਕੋਲ ਕੁਛ ਵੀ ਨਹੀਂ ਸੀ ਲਮ ਯਕੁਨ ਸ਼ੈਅ ਮਜ਼ਕੂਰਾ ਕੋਈ ਇਸ ਤੋਂ ਬੇਖਬਰ ਹੈ ਵੀ ਇੱਕ ਦੌਰ ਐਸਾ ਗੁਜ਼ਰਿਆ ਜਦੋਂ ਇਹਦਾ ਨਾਮੋ ਨਿਸ਼ਾਨ ਹੀ ਕੋਈ ਨਹੀਂ ਸੀ ਹੈ ਹੀ ਨਹੀਂ ਸੀ ਤਾਂ ਜਦੋਂ ਇਹ ਮਾਦੂਮ ਸੀ ਨਹੀਂ ਸੀ ਅਤੇ ਹੁਣ ਇੰਨੇ ਕੁਛ ਦਾ ਮਾਲਕ ਹੈ ਸੁਣ ਰਿਹਾ ਵੇਖ ਰਿਹਾ ਬੋਲ ਰਿਹਾ ਜਹਾਜ਼ਾਂ ਚੜਿਆ ਫਿਰਦਾ ਇੰਨੀਆਂ ਦੌਲਤਾਂ ਇਹਦੇ ਕੋਲ ਆ ਬੜੇ ਬੜੇ ਦਰਜਿਆਂ 'ਤੇ ਪਹੁੰਚਾ ਤਾਂ ਫਿਰ ਇਹਦੇ 'ਚੋਂ ਮਾਰਫਤ ਕੀ ਹਾਸਲ ਹੁੰਦੀ ਪਹਿਚਾਣ ਕੀ ਹੁੰਦੀ ਹੈ ਦੀਨ ਸਿਖਾਉਂਦਾ ਯਾ ਅਯੁਹੱਲ ਨਾਸ ਅੰਤੁਮੁਲ ਫੁਕਰਾਉ ਇਲਾ ਅੱਲਾਹ ਵੱਲਾਹੁ ਅਲਗਨੀਉ ਹਮੀਦ ਫਕਰ ਦਾ ਪਤਾ ਲੱਗ ਜਾਂਦਾ ਵੀ ਅਸੀਂ ਬਜ਼ਾਤੇ ਖੁਦ ਬਿਲਕੁਲ ਖਾਲੀ ਹੱਥ ਸਾਡੇ 'ਚ ਕੋਈ ਨਹੀਂ ਹੁਣ ਜਿਹੜਾ ਇੰਨਾ ਮਿਲਿਆ ਇਹ ਕਿੱਥੋਂ ਮਿਲਿਆ ਫਿਰ ਜੋ ਤੂੰ ਆਪਣੋ ਆਪ 'ਤੇ ਪਾਇਆ ਵੇਖ ਕਿੱਥੋਂ ਇੱਥੋਂ ਅੱਲਾ ਲੱਭ ਜਾਂਦਾ ਵੇ ਜਦੋਂ ਟੁਰਦਾ ਨਾ ਆਪਣੀ ਕਹਾਣੀ ਪੜ੍ਹਵੇ ਮੈਂ ਹੈ ਨਹੀਂ ਸੀ ਹੁਣ ਹੈਗਾ ਔਰ ਇੰਨਾ ਕੁਛ ਮੇਰੇ ਕੋਲ ਹੈ ਇਹ ਕਿੱਥੋਂ ਮਿਲਿਆ ਸਭ ਕੁਝ ਮਾਲਕ ਦਿੱਤਾ ਤੈਨੂੰ ਅਤੇ ਤੂੰ ਸਭ ਕੁਝ ਪਾਇਆ ਜੋ ਤੂੰ ਆਪ 'ਤੇ ਆਪਣਾ ਪਾਇਆ ਵੇਖ ਕਿੱਥੋਂ ਹੱਥ ਇੰਨਾ ਹੀ ਪੁੱਛ ਲਾ ਆਪਣੇ ਆਪ ਨੂੰ ਵੀ ਇਹ ਜਿਹੜਾ ਹੁਣ ਮੈਂ ਆਉਣਾ ਔਰ ਮੇਰਾ ਆਉਣਾ ਕਿੱਥੋਂ ਬਣਿਆ ਤੇਰਾ ਨਾਮੋ ਨਿਸ਼ਾਨ ਹੀ ਕੋਈ ਨਹੀਂ ਇਹਦੇ 'ਚੋਂ ਜਦੋਂ ਫਿਰ ਸੁਰਾਗ ਲੱਗਦਾ ਤਾਂ ਅੱਲਾ ਪਾਕ ਦਾ ਲੱਗਦਾ ਵੀ ਇੱਕ ਜ਼ਾਤ ਐਸੀ ਸੀ ਜਿਹੜੀ ਕਦੀਮ ਰਜ਼ਲੀ ਹੈ ਕੱਲ੍ਹ ਹੀ ਮੇਰੇ ਇੱਕ ਦੋਸਤ ਪੁੱਛ ਰਹੇ ਵੀ ਹਰ ਬੰਦਾ ਇਸ ਸਵਾਲ ਤੋਂ ਪਰੇਸ਼ਾਨ ਵੀ ਅੱਲਾ ਨੂੰ ਕਿਹਨੇ ਬਣਾਇਆ ਬਸ ਪ੍ਰੋਫੈਸਰ ਸਾਹਿਬ ਇਹ ਸਵਾਲ ਸੈਲਫ ਕੰਟਰਾਡਿਕਟਰੀ ਹੈ ਆਪਸ ਟਕਰਾਉਂਦਾ ਹੈ ਖੁਦ ਸਵਾਲ ਬੇਹੂਦਾ ਕਿ ਅੱਲਾ ਕਹਿਣਾ ਔਰ ਫਿਰ ਬਣਿਆ ਕਹਿਣਾ ਉਹਨੂੰ ਜਿਹੜਾ ਬਣਿਆ ਉਹ ਅੱਲਾ ਨਹੀਂ ਸੁਣ ਲਓ ਜਿਹੜਾ ਹੈ ਨਹੀਂ ਸੀ ਤੇ ਬਣਿਆ ਨਾ ਉਹ ਕੋਈ ਮਖਲੂਕ ਹੈ ਉਹ ਦੁਨੀਆਂ ਦੀ ਕੋਈ ਸ਼ੈ ਅੱਲਾ ਨਹੀਂ ਹੋ ਸਕਦਾ ਅੱਲਾ ਦਾ ਤੇ ਮਾਨਾ ਹੀ ਹੈ ਕਿ ਉਹਦਾ ਕੋਈ ਸ਼ੁਰੂ ਨਹੀਂ ਜਿਹੜਾ ਤੁਸੀਂ ਮੁੱਢ ਲੱਭਿਆ ਬੈਠੋ ਚੱਲਿਆ ਉਹ ਅੱਲਾ ਨਹੀਂ ਹੋਣਾ ਉਹ ਕੋਈ ਮਖਲੂਕ ਹੋਣੀ ਇਸ ਵਕਤ ਮਖਲੂਕ ਨੂੰ ਖਾਲਕ ਦੀ ਲੋੜ ਹੈ ਵੀ ਇਹ ਬਣਿਆ ਜਾਂ ਕਿਨ ਬਣਾਇਆ ਅੱਲਾ ਬਣਿਆ ਨਹੀਂ ਤੌਬਾ 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 ਜੇ ਨਾ ਆਖਿਆ ਅੱਲਾ ਕਿਨ ਬਣਾਇਆ ਉਹਦਾ ਮਤਲਬ ਉਹ ਸਮਝਦਾ ਵੀ ਅੱਲਾ ਵੀ ਬਣਿਆ ਤੌਬਾ ਅੱਲਾ ਨਹੀਂ ਬਣਿਆ ਇਸ ਬਾਰੋਂ ਹੀ ਹਜ਼ਰਤ ਇਮਾਮੇ ਜਾਫਰ ਸਾਦਿਕ ਰਹਿਮਤੁੱਲਾਹ ਨੇ ਜਦੋਂ ਕਿਸੇ ਨੇ ਆਖਿਆ ਅੱਲਾ ਕਦੋਂ ਤੋਂ ਉਹਨਾਂ ਆਖਿਆ ਬੇਵਕੂਫਾ ਤੂੰ ਉਹ ਵਕਤ ਦੱਸ ਜਦੋਂ ਅੱਲਾ ਹੈ ਨਹੀਂ ਸੀ ਫਿਰ ਤੈਨੂੰ ਮੈਂ ਦੱਸਾਂ ਬੈਠੋ ਅੱਲਾ ਤੇ ਕਹਿੰਦੇ ਉਹਨੂੰ ਜਿਹੜਾ ਕਦੀਮ ਅਰ ਲੰਘ ਜਜ਼ਲ ਆਉਣਾ ਹੀ ਨਹੀਂ ਸਿਰਾ ਪਿੱਛੇ ਨੂੰ ਟੁਰਿਆ ਇੱਥੋਂ ਹੀ ਅਕਲ ਜਿਹੜੀ ਇਹਦੀ ਮੱਤ ਮਾਰੀ ਜਾਂਦੀ ਇਹ ਲਫ਼ਜ਼ ਅਸੀਂ ਬੋਲਦੇ ਹਾਂ ਅੱਲਾ ਰੱਬ ਖੁਦਾ ਦੀ ਕਿਸਮ ਇਹਦਾ ਅਕਲ ਦੇ ਅੰਦਰ ਕੁਛ ਤਸੱਬਰ ਨਹੀਂ ਆ ਸਕਦਾ ਪਰ ਟੁਰੇ ਜਾਂਦੇ ਅਰਬਾਂ ਪਦਮਾਂ ਟੁਰੇ ਜਾਂਦੇ ਕਿਤੇ ਆ ਜਾਵੇ ਸਿਰਾ ਨਹੀਂ ਸਿਰਾ ਆ ਗਿਆ ਤਾਂ ਅੱਲਾ ਨੇ ਇੱਧਰ ਵੀ ਨਹੀਂ ਆਉਣਾ ਔਰ ਇਸ ਪਾਸੇ ਵੀ ਨਹੀਂ ਆਉਣਾ ਖਤਮ ਹੀ ਨਹੀਂ ਉਹਨੇ ਆਉਣਾ ਇਸ ਪਾਰੋਂ ਅੱਲਾ ਤਾਲਾ ਸਾਡੀ ਸਮਝਾ ਕਰੋ ਬਿਲਕੁਲ ਬਾਹਰ ਉਹਦਾ ਕੱਖ ਨਹੀਂ ਅਸੀਂ ਲੱਭ ਸਕਦੇ ਮਗਰ ਇੱਕ ਮੰਨਣਾ ਪੈਣਾ ਹੈ ਵੀ ਕੁਛ ਹੈ ਸੀ ਜਿਹਦੇ ਪੱਲੇ ਸੀ ਅਤੇ ਜਿਹਨੇ ਬਾਕੀ ਸ਼ਾਹ ਨੂੰ ਦੇ ਦਿੱਤਾ ਜਦੋਂ ਜਹਾਨ 'ਚ ਹੈ ਨਹੀਂ ਸੀ ਮਾਦੂਮ ਸੀ ਨਹੀਂ ਸੀ ਹੁਣ ਬਣੇ ਆ ਕੋਈ ਬਣਾਉਣ ਵਾਲਾ ਤਾਂ ਉਹਨੇ ਬਣਾਇਆ ਉਹ ਆਪ ਵੀ ਜੇ ਬਣਿਆ ਹੋਵੇ ਤਾਂ ਸਾਡੀ ਸਫਤੀ ਆ ਗਿਆ ਨਾ ਫਿਰ ਅੱਲਾ ਨੇ ਉਹ ਇਸ ਤੋਂ ਤੁਹਾਨੂੰ ਮੰਨਿਆ ਵੀ ਇੱਕ ਜਿਹੜਾ ਉੱਤੇ ਜਾ ਕੇ ਰੁਕਣਾ ਪੈਣਾ ਹੈ ਕਿ ਉਹਨੂੰ ਨਹੀਂ ਕਿਸੇ ਬਣਾਇਆ ਉਹਨੇ ਹਰ ਸ਼ਾਹ ਨੂੰ ਬਣਾਇਆ ਉਹ ਬਣਿਆ ਹੀ ਨਹੀਂ ਬਣਾਉਣਾ ਉਹਨੂੰ ਕਿਹਨੇ ਹੱਕਦੀ ਮਰਜ਼ਲੀ ਇਹਦੇ 'ਚ ਅੱਲਾ ਪਾਕ ਫਰਮਾਉਂਦਾ ਪਤਾ ਕੀ ਲੱਗਾ ਫਿਰ ਜਦੋਂ ਤੁਸੀਂ ਆਪਣਾ ਸੁਰਾਗ ਲੱਭਾ ਤੁਹਾਨੂੰ ਆਪਣਾ ਫਕੀਰ ਹੋਣਾ ਪਤਾ ਲੱਗਿਆ ਸਾਡੇ ਪੱਲੇ ਆਪਣਾ ਕੁਛ ਵੀ ਨਹੀਂ ਇਹ ਸਾਰਾ ਅਤਾਰ ਦੇਣ ਇਹ ਉਹਨੇ ਦਿੱਤਾ ਤੇ ਸਾਨੂੰ ਮਿਲਿਆ ਮੈਂ ਹੁਣ ਸੁਣ ਰਿਹਾ ਜਾਲਨਾ ਸਮੀਅਮ ਬਸੀਰਾ ਤੁਸੀਂ ਵੀ ਕੋਈ ਸੁਣ ਰਿਹਾ ਕੋਈ ਵੇਖ ਰਿਹਾ ਕੋਈ ਬੋਲ ਰਿਹਾ ਕੋਈ ਚੱਲ ਫਿਰ ਰਿਹਾ ਕੋਈ ਸੋਚ ਰਿਹਾ ਦਿਮਾਗ ਹੀ ਕਿੱਡਾ ਕੰਪਿਊਟਰ ਹੈ ਜਦੋਂ ਇਹ ਹੈ ਹੀ ਨਹੀਂ ਸੀ ਕਿੱਥੋਂ ਆਇਆ ਜੇ ਕੋਈ ਜ਼ਾਤ ਐਸੀ ਨਹੀਂ ਜਿਹਦੇ ਕੋਲ ਖਜ਼ਾਨੇ ਸੀ ਤਾਂ ਉਹਨੇ ਦਿੱਤੇ ਫਿਰ ਮਾਮਾ ਹੱਲ ਨਹੀਂ ਹੋਣਾ ਫਿਰ ਨਹੀਂ ਸਮਝ ਆਉਣੀ ਕਿ ਦੁਨੀਆ ਕਿੱਥੋਂ ਆ ਗਈ ਮੰਨਣਾ ਪੈਣਾ ਬੇਕ ਐਸੀ ਜਿਹਦੇ ਕੋਲ ਲਾ ਤਾਦਾਦ ਖਜ਼ਾਨੇ ਸੀ ਔਰ ਇਸ ਪਾਰੋਂ ਕੁਰਾਨ ਨੇ ਸ਼ੁਰੂ ਆਪਣਾ ਕੀਤਾ ਅਲਹਮਦੁਲਿਲਾਹ ਰੱਬਿਲ ਆਲਮੀਨ ਔਰ ਬੇਵਕੂਫੋ ਔਰ ਇਹਦੇ ਤੁਸੀਂ ਹੈਰਾਨ ਨਾ ਹੋਇਓ ਕਈ ਐਵੇਂ ਥੱਲੇ ਆ ਜਾਂਦੇ ਡੈਰੀਆਂ ਨੂੰ ਕੀ ਜਵਾਬ ਡੈਰੀਏ ਆ ਤੇ ਸਵਾਲ ਦੇ ਥੱਲੇ ਉਹ ਵੀ ਮੰਨਦੇ ਬੇਕ ਸ਼ਾਇਦ ਜਿਹੜੀ ਉਹਨੂੰ ਕਿਸੇ ਨਹੀਂ ਬਣਾ ਇਹਦੇ 'ਚ ਮੈਂ ਤੁਸੀਂ ਬਰਾਬਰ ਦੇ ਕੰਨ ਖੋਲ ਕੇ ਗੱਲਾਂ ਸੁਣਿਆ ਕਰੋ ਤਾਂ ਕਿ ਇਸ ਦੌਰ ਜਿਹੜੇ ਫਿਤਨਿਆਂ ਦਾ ਮੁਕਾਬਲਾ ਕਰ ਸਕੋ ਇਸ ਸਵਾਲ ਦੇ ਜਵਾਬ ਦੋਵੇਂ ਬਰਾਬਰ ਹੈ
डैडी जा भी मनता कि हर शायद बनी